ਹੈਲੋ ਦੋਸਤੋ ਦੋਸਤੋ ਆਪਾਂ ਅੱਜ ਗੱਲ ਕਰਾਂਗੇ ਐਫ ਸੀ ਆਈ ਫੂਡ ਕਾਰਪੋਰੇਸ਼ਨ ਆਫ ਇੰਡੀਆ ਵਿੱਚ ਆਈ ਨਿਊ ਰਿਕਰੂਟਮੈਂਟ ਦਾ। ਤਾਂ ਦੋਸਤੋ ਬਹੁਤ ਵਧੀਆ ਪੇ ਸਕੇਲ 'ਤ�े ਇਹ ਪੋਸਟ ਆ ਚੁੱਕੀਆਂ ਹਨ ਅਤੇ ਆਪਾਂ ਸਿੱਧਾ ਇਸ ਦਾ ਆਫੀਸ਼ੀਅਲ ਸਾਈਟ 'ਤੇ ਜਾ ਕੇ ਇਸ ਦੀ ਨੋਟੀਫਿਕੇਸ਼ਨ ਬਾਰੇ ਚੈੱਕ ਕਰਦੇ ਹਾਂ ਕਿ ਇਸ ਜੋਬ ਵਿੱਚ ਕੀ ਕੁਛ ਮੰਗਿਆ ਗਿਆ ਹੈ ਔਰ ਕੀ ਕੁਛ ਇਸ ਦੀ ਸੈਲਰੀ ਸਕੇਲ ਹੈ ਐਂਡ ਜੋ ਵੀ ਕੁਆਲੀਫਿਕੇਸ਼ਨ ਮੰਗੀ ਗਈ ਹੈ। ਇਸ ਬਾਰੇ ਸਾਰੀ ਜਾਣਕਾਰੀ ਤੁਹਾਨੂੰ ਇਸ ਸਾਈਟ ਵਿੱਚ ਮਿਲ ਜਾਵੇਗੀ। ਤੁਸੀਂ ਦੇਖ ਸਕਦੇ ਹੋ ਦੋਸਤੋ ਐਫ ਸੀ ਆਈ ਮੈਨੇਜਰ ਰਿਕਰੂਟਮੈਂਟ ਨੋਟੀਫਿਕੇਸ਼ਨ 2019। ਠੀਕ ਹੈ ਦੋਸਤੋ, ਇਸ ਤੋਂ ਬਾਅਦ ਗੱਲ ਕਰੀਏ ਤਾਂ ਐਗਜ਼ਾਮ ਡੇਟ ਇਸ ਦੀ। ਤਾਂ ਦੋਸਤੋ ਇਸ ਵਿੱਚ ਔਨਲਾਈਨ CBT ਹੋਵੇਗਾ ਪਹਿਲਾਂ, ਉਸ ਤੋਂ ਬਾਅਦ ਜੇ ਗੱਲ ਕਰੀਏ ਆਪਾਂ ਐਪਲੀਕੇਸ਼ਨ ਫੋਰਮ ਐਫ ਸੀ ਆਈ ਜੀ ਆਹ ਜੋਨ ਦੇ ਹਿਸਾਬ ਨਾਲ ਵੈਕੈਂਸੀ ਦੱਸੀ ਗਈਆਂ ਹਨ। ਤਾਂ ਨੌਰਥ ਜੋਨ ਵਿੱਚ 187 ਵੈਕੈਂਸੀ ਹਨ ਅਤੇ ਈਸਟ ਜੋਨ ਵਿੱਚ 27, ਅਤੇ ਜੋ ਵੀ ਜੋਨ ਆਪਣਾ ਪੈਂਦਾ ਜੋ ਉਸ ਹਿਸਾਬ ਨਾਲ ਸਿਲੈਕਟ ਕਰਕੇ ਤੁਸੀਂ ਇਹ ਫੋਰਮ ਅਪਲਾਈ ਕਰ ਸਕਦੇ ਹੋ। ਟੋਟਲ ਨੰਬਰ ਆਫ ਵੈਕੈਂਸੀ 130 ਵੈਕੈਂਸੀ ਹਨ ਅਤੇ ਇਸ ਤੋਂ ਇਲਾਵਾ ਅੱਗੇ ਗੱਲ ਕਰੀਏ ਤਾਂ ਆਪਾਂ ਅਤੇ ਇਹ ਜੋਨ ਦੇ ਹਿਸਾਬ ਨਾਲ ਕਿੰਨੀ ਕਿੰਨੀ ਵੈਕੈਂਸੀ ਹੈ ਉਸ ਦੀ ਡਿਟੇਲ ਦਿੱਤੀ ਗਈ ਹੈ, ਤਾਂ ਤੁਸੀਂ ਇਹ ਵੀ ਚੈੱਕ ਕਰ ਲਿਓ ਅੱਛੀ ਤਰ੍ਹਾਂ ਇੱਕ ਵਾਰ। ਤਾਂ ਉਸ ਤੋਂ ਬਾਅਦ ਆਪਾਂ ਫੀਸ ਦੀ ਗੱਲ ਕਰੀਏ ਤਾਂ ਦੋਸਤੋ ਕੈਂਡੀਡੇਟ ਹਰ ਕੈਂਡੀਡੇਟ ਲਈ ਇਸ ਵਿੱਚ 800 ਰੁਪਏ ਫੀਸ ਹੈ ਅਤੇ SC ST ਕੈਂਡੀਡੇਟ ਲਈ ਨਹੀਂ, SC ST ਅਤੇ PWD ਐਂਡ ਵੂਮੈਨ ਕੈਂਡੀਡੇਟ ਲਈ ਕੋਈ ਫੀਸ ਨਹੀਂ ਹੈ ਦੋਸਤੋ। ਆਹ ਤੁਸੀਂ ਉਰੇ ਪੜ੍ਹ ਸਕਦੇ ਹੋ ਬਾਕੀ। ਓਕੇ, ਅੱਗੇ ਗੱਲ ਕਰੀਏ ਤਾਂ ਸੈਲਰੀ ਦੀ ਗੱਲ ਕਰੀਏ। ਸੈਲਰੀ ਦੇਖੋ ਦੋਸਤੋ, ਮੈਂ ਕਿਹਾ ਸੀ ਤੁਹਾਨੂੰ ਕਿ 40,000 ਤੋਂ ਲੈ ਕੇ 1,40,000 ਦੇ ਵਿੱਚ ਬਹੁਤ ਵਧੀਆ ਮਤਲਬ ਸੈਲਰੀ ਮਿਲੇਗੀ ਇਸ ਜੋਬ ਵਿੱਚ। ਅਤੇ ਅੱਗੇ ਸਿਲੈਕਸ਼ਨ ਪ੍ਰੋਸੈਸ ਦੱਸਿਆ ਗਿਆ ਹੈ, ਤਾਂ ਪਹਿਲਾਂ ਔਨਲਾਈਨ ਟੈਸਟ ਹੋਵੇਗਾ, ਉਸ ਤੋਂ ਬਾਅਦ ਇੰਟਰਵਿਊ ਐਂਡ ਫਿਰ ਟ੍ਰੇਨਿੰਗ ਲੱਗੇਗੀ ਦੋਸਤੋ। ਅਤੇ ਉਸ ਤੋਂ ਬਾਅਦ ਅੱਗੇ ਗੱਲ ਕਰੀਏ ਆਪਾਂ ਐਗਜ਼ਾਮ ਪੈਟਰਨ ਦੀ ਗੱਲ, ਸਿਲੇਬਸ ਉਹ ਤੁਹਾਨੂੰ ਮੈਂ ਪ੍ਰੋਵਾਈਡ ਕਰਾ ਦਿਆਂਗਾ। ਅਤੇ ਇਸ ਤੋਂ ਬਾਅਦ ਮਤਲਬ ਐਜੂਕੇਸ਼ਨ ਕੁਆਲੀਫਿਕੇਸ਼ਨ ਬਾਰੇ ਪੁੱਛਿਆ ਗਿਆ ਹੈ ਕਿ ਦੇਖੋ ਮੈਨੇਜਰ ਦੇ ਵਾਸਤੇ ਗ੍ਰੈਜੂਏਸ਼ਨ ਚਾਹੀਦੀ ਹੈ 60% ਨੰਬਰਾਂ ਨਾਲ, ਓਕੇ, ਜਾਂ ਹੋਣੀ ਚਾਹੀਦੀ ਹੈ CA ਜਾਂ CSE, ਕੁਛ ਵੀ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਮੈਨੇਜਰ ਡਿਪੂ ਦੀ ਪੋਸਟ ਵਾਸਤੇ ਵੀ ਗ੍ਰੈਜੂਏਸ਼ਨ 60% ਨੰਬਰ ਨਾਲ ਜਾਂ CA ਜਾਂ CS, ਓਕੇ। ਉਸ ਤੋਂ ਬਾਅਦ ਤੁਸੀਂ ਇਹ ਸਾਰੀ ਡਿਟੇਲ ਆਰਾਮ ਨਾਲ ਚੈੱਕ ਕਰ ਸਕਦੇ ਹੋ। ਮੈਂ ਜ਼ਿਆਦਾ ਕਾਹਲੀ ਨਹੀਂ ਕਰਦਾ, ਵੀਡੀਓ ਨੂੰ ਅੱਗੇ ਨਹੀਂ ਲੈ ਕੇ ਜਾਂਦਾ, ਤੁਸੀਂ ਇੱਥੇ ਪੜ੍ਹ ਕੇ ਪਾਊਜ਼ ਕਰਕੇ ਅੱਛੀ ਤਰ੍ਹਾਂ ਪੜ੍ਹ ਲਓ। ਜਿਸ ਕੈਟੇਗਰੀ ਵਿੱਚ ਤੁਸੀਂ ਆਉਂਦੇ ਹੋ ਉਹ ਸਿਲੈਕਟ ਕਰ ਲਓ ਅਤੇ ਉਸ ਵਿੱਚ ਪੋਸਟ ਭਰ ਦਿਓ। ਅੱਗੇ ਏਜ ਲਿਮਿਟ ਦੀ ਗੱਲ ਕਰੀਏ ਤਾਂ 28 ਸਾਲ ਏਜ ਲਿਮਿਟ ਰੱਖੀ ਗਈ ਹੈ। SC ST ਅਤੇ PWD ਕੈਂਡੀਡੇਟ ਨੂੰ 5 ਸਾਲਾਂ ਦਾ ਛੋਟ ਹੈ। ਤਾਂ ਇਸ ਤੋਂ ਇਲਾਵਾ ਕੀ ਗੱਲ ਕਰੀਏ ਤਾਂ ਆਪਾਂ ਇਸ ਦੀ ਸੈਲਰੀ ਸਕੇਲ ਹੋ ਗਈ। ਠੀਕ ਹੈ ਦੋਸਤੋ, ਜੋ ਮੇਨ ਦੋਸਤੋ ਪੰਜਾਬ ਜੋਬ ਨਿਊਜ਼ ਲਈ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਅਤੇ ਤਾਂ ਜੋ ਮੈਂ ਨਿਊ ਜੋਬ ਰਿਕੁਆਇਰਮੈਂਟ ਤੁਹਾਡੇ ਲਈ ਲੈ ਕੇ ਆ ਸਕਾਂ ਅਤੇ ਤੁਹਾਡੇ ਸਾਹਮਣੇ ਰੱਖ ਸਕਾਂ। ਓਕੇ ਦੋਸਤੋ, ਥੈਂਕ ਯੂ।